ਭਾਖੜਾ ਤੇ ਪੈਂਗ ਡੈਮ ਦੀ ਛੱਡਿਆ ਗਿਆ ਵੱਡੇ ਪੱਧਰ ਤੇ ਪਾਣੀ। ਕੁਝ ਦਿਨ ਪਹਿਲਾਂ ਸਤਲੁਜ ਦਰਿਆ ਦੇ ਪਾਣੀ ਦੇ ਆਉਣ ਨਾਲ ਸਤਲਾਨਪੁਰ ਲੋਧੀ ਦੇ ਮੰਡ ਇਲਾਕੇ ਵਿੱਚ ਭਾਰੀ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲਿਆ ਸੀ, ਪਰ ਬੀਤੇ ਦਿਨੀ ਹਿਮਾਚਲ ਪ੍ਰਦੇਸ਼ ਦੇ ਬਾਰਿਸ਼ ਦੇ ਮੌਸਮ ਨੂੰ ਵੇਖਦੇ ਹੋਏ ਜਿਸ ਤੋਂ ਬਾਅਦ ਪੌਂਗ ਡੈਮ ਦੇ ਵਿੱਚੋਂ ਵੱਡੇ ਪੱਧਰ 'ਤੇ ਪਾਣੀ ਛੱਡਿਆ ਗਿਆ। ਪੌਂਗ ਡੈਮ ਵਿੱਚ ਪਾਣੀ ਛੱਡਿਆ ਗਿਆ ਹੈ ਜੋ ਅੱਗੇ ਜਾ ਕੇ ਬਿਆਸ ਦਰਿਆ ਦੇ ਵਿੱਚ ਪਾਵੇਗਾ। ਵੇਖੋ, ਅੱਜ ਇਸ਼ੂ ਇਹ ਆ ਕਿ ਸੁਲਤਾਨਪੁਰ ਲੋਧੀ ਦੁਆਬਾ ਸਾਡਾ ਮਾਝਾ ਤਰਨ ਤਾਰਨ ਜ਼ਿਲ੍ਹਾ ਸਾਰਾ ਫਲੱਡਾਂ ਦੇ ਪਾਣੀ ਨਾਲ ਸ਼ਾਹਕੋਟ ਜਲੰਧਰ ਭਰਿਆ ਪਿਆ ਅਤੇ ਸਰਕਾਰ ਨੇ ਅੱਜ 5 ਜ਼ਿਲ੍ਹਿਆਂ 'ਚ ਐਮਰਜੈਂਸੀ ਸਿਚੁਏਸ਼ਨ ਡਿਕਲੇਅਰ ਕਰਤੀ ਆ ਕਿ ਲੋਕਾਂ ਨੂੰ ਇਹ ਕਹੋ ਵੀ ਘਰਾਂ 'ਚੋਂ ਬਾਹਰ ਏਰੀਆ 'ਚੋਂ ਬਾਹਰ ਨਿਕਲੇ, ਹੁਣ ਸੇਫ ਜਗ੍ਹਾ 'ਤੇ ਚਲ ਜਾ। ਦੇਖੋ, ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ ਇਸ ਸਮੇਂ ਜੇ ਆਪਾਂ ਗੱਲ ਕਰੀਏ ਸੁਲਤਾਨਪੁਰ ਲੋਧੀ ਹਰੀਕੇ ਤੋਂ ਜਿਹੜਾ 80 ਆ ਹੁਸ਼ਿਆਰਪੁਰ ਲਿੰਕ, ਜਿੱਥੇ ਪਾਣੀ ਦਾ ਲੈਵਲ ਮੈਜਰ ਕੀਤਾ ਜਾਂਦਾ ਕਿ ਕਿੰਨਾ ਫਲੋ ਚੱਲ ਰਿਹਾ, ਉੱਥੇ 1,70,000 ਤੋਂ ਲੈ ਕੇ 2,00,000 ਦੇ ਵਿੱਚ ਦੀ ਰੀਡਿੰਗ ਆ ਰਹੀ ਆ ਪਾਣੀ। ਅਤੇ ਉਹ ਪਾਣੀ 1,48,000-50,000 ਤਾਂ ਡਿਸਚਾਰਜ ਫਰੋਮ ਪੌਂਗ ਡੈਮ ਹੋ ਰਿਹਾ ਅਤੇ ਬਾਕੀ 50,000 ਹਿਮਾਚਲ ਦਾ ਪਾਣੀ ਖੱਡਾਂ ਦਾ ਪੈਂਦਾ, 2,00,000 ਦੇ ਆਸ ਪਾਸ ਪਾਣੀ ਡਿਸਚਾਰਜ ਹੋ ਰਿਹਾ ਜਿਹੜਾ ਸਾਡੇ ਇਲਾਕੇ 'ਚ ਅਗਲੇ 12-15 ਘੰਟੇ ਦਾ ਟਰੈਵਲਿੰਗ ਟਾਈਮ ਆ। ਅਤੇ ਜਿੰਨੀ ਪਾਣੀ ਦੀ ਸਪੀਡ ਤੇਜ਼ ਹੁੰਦੀ ਉਨਾ ਛੇਤੀ ਆਉਂਦਾ, ਇਹ ਸ਼ਾਇਦ 10 ਘੰਟਿਆਂ 'ਚ ਹੀ ਆ ਜਾਵੇ। ਜਿਹੜਾ ਪਿਛਲਾ ਸਾਡਾ ਹੜ੍ਹ ਆਇਆ ਸੀ 1 ਮਹੀਨਾ ਪਹਿਲਾਂ, ਉਦੋਂ ਮੈਕਸੀਮਮ ਪਾਣੀ ਸਿਰਫ 90,000 ਕਿਊਸਿਕ ਪਾਣੀ ਆਇਆ ਸੀ, ਤਾਂ ਅਸੀਂ ਇਹ ਹਾਲ ਸੀ ਸਾਡਾ। ਅਤੇ ਭਾਖੜੇ 'ਚੋਂ 1,00,000 ਕਿਊਸਿਕ ਪਾਣੀ ਛੱਡਿਆ ਜਾ ਚੁੱਕਿਆ। ਟੋਟਲ ਪਾਣੀ ਜਿਹੜਾ ਸਾਡੇ ਹਰੀਕੇ 'ਚ ਪਹੁੰਚਣਾ ਉਹ 3,00,000 ਕਿਊਸਿਕ ਤੋਂ ਉੱਤੇ ਆ ਪਾਣੀ। ਅਤੇ ਅੱਜ 3 ਵਜੇ ਦੀ ਜੋ ਡਿਸਚਾਰਜ ਸਰਕਾਰ ਵੱਲੋਂ ਹੋ ਰਹੀ ਸੀ ਉਹ ਅਪਰੋਕਸੀਮੇਟਲੀ 88,000 ਥੱਲੇ ਜਾ ਰਿਹਾ ਸੀ ਅਤੇ 10-12,000-15,000 ਨਹਿਰਾਂ 'ਚ ਜਾ ਰਿਹਾ। 1,00,000 ਦੇ ਅਪਰੋਕਸੀਮੇਟਲੀ ਡਿਸਚਾਰਜ ਹੈ। ਮੈਂ ਤਾਂ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਪੌਂਗ ਡੈਮ ਦਾ ਲੈਵਲ ਹੈ 1,390 ਫੁੱਟ ਡੇਂਜਰ ਲੈਵਲ ਹੈ, ਉਹਦੇ 'ਚ 1,400 ਫੁੱਟ ਪਾਣੀ ਲੈਵਲ ਹੋ ਚੁੱਕਿਆ ਅਤੇ ਭਾਖੜੇ ਦਾ ਡੇਂਜਰ ਲੈਵਲ ਵੀ ਪੂਰਾ ਹੋ ਚੁੱਕਿਆ। ਸਰਕਾਰ ਨੂੰ 1,680 ਜਾਂ 1,678 ਹੋ ਚੁੱਕਿਆ। ਮੈਂ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਕੱਲਾ ਲੋਕਾਂ ਨੂੰ ਇਹ ਕਹਿ ਦਈਏ ਕਿ ਡੇਂਜਰ ਲੈਵਲ 'ਚੋਂ ਡੇਂਜਰ ਲੈਵਲ ਆ ਗਿਆ ਅਤੇ ਤੁਸੀਂ ਆਪਦੀ ਐਮਰਜੈਂਸੀ ਲੱਗੀ ਆਪਣਾ ਬੰਦੋਬਸਤ ਕਰੋ ਸੇਫ ਲੋਕੇਸ਼ਨ 'ਤੇ ਜਾਣ ਨੂੰ, ਉਹ ਸਲਿਊਸ਼ਨ ਨਹੀਂ ਹੈਗਾ। ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਹਰੀਕੇ ਦੇ ਦਰਖ ਲਾ ਦਿਓ ਤਾਂ ਕਿ ਪਾਣੀ ਥੱਲੇ ਚੱਲ ਜਾਏ। 3,00,000 ਕਿਊਸਿਕ ਪਾਣੀ ਆ ਰਿਹਾ, ਇਹ ਸਾਡੇ ਤੋਂ ਸਾਂਭਿਆ ਨਹੀਂ ਜਾਣਾ। 7-10,00,000 ਕਿਊਸਿਕ ਪਾਣੀ ਆਲਰੇਡੀ ਸਾਡੇ ਕੈਸ਼ਮੈਂਟ ਏਰੀਏ ਦੇ ਵਿੱਚ, ਜਿਹਨੂੰ ਸਾਡੀਆਂ ਜ਼ਮੀਨਾਂ ਨੂੰ ਸਰਕਾਰ ਕਹਿੰਦੀ ਹੈ ਨਾ ਕੈਸ਼ਮੈਂਟ ਏਰੀਆ, ਉਹ ਕੈਸ਼ਮੈਂਟ ਏਰੀਆ ਨਹੀਂ, ਸਾਡੀਆਂ ਜ਼ਮੀਨਾਂ 'ਚ ਤੁਰਿਆ ਫਿਰਦਾ। ਮੈਂ ਕੱਲ੍ਹ ਰਾਤ ਦਾ ਇਗਜ਼ਾਮਪਲ ਦੇਣਾ ਚਾਹੁੰਦਾ। ਕੱਲ੍ਹ ਮੰਡਾਲੇ ਵਾਲਾ ਬੰਨ ਅਸੀਂ ਬੰਨ ਰਹੇ ਸੀ ਬਾਬਾ ਸੁੱਖਾ ਸਿੰਘ ਜੀ ਦੇ ਨਾਲ, ਸਰਿਆਲੀ ਸਾਹਿਬ ਵਾਲਿਆਂ ਨਾਲ। ਕੱਲ੍ਹ ਸ਼ਾਮ ਨੂੰ 7 ਵਜੇ ਤੋਂ ਲੈ ਕੇ ਉਹ ਬੰਨ ਸਵੇਰੇ 4 ਵਜੇ ਬੰਨਿਆ ਗਿਆ ਅਤੇ ਬੰਨ ਬੰਨਦੇ ਬੰਨਦੇ 7 ਵਜੇ ਤੋਂ ਲੈ ਕੇ ਸਵੇਰੇ 4 ਵਜੇ ਜਦੋਂ ਕੰਪਲੀਟ ਹੋਇਆ, ਪਾਣੀ ਦਾ ਲੈਵਲ 3 ਫੁੱਟ ਵੱਧ ਚੁੱਕਿਆ ਸੀ ਅਤੇ ਮਹਾਰਾਜ ਦੀ ਕਿਰਪਾ ਰਹੀ ਉਹ ਬੰਨ ਬੰਨਿਆ ਗਿਆ। ਅਤੇ ਜੇ ਹਰ ਜੀ ਨੂੰ ਸਾਡੇ ਇੱਥੇ ਰਹਿੰਦਿਆਂ ਨੂੰ ਲੋਕਾਂ ਨੂੰ ਪਤਾ, ਅੱਜ ਪਿਛਲੇ 48 ਘੰਟਿਆਂ 'ਚ ਹਰ ਬੰਦੇ ਨੂੰ ਪਤਾ ਕਿ ਪਾਣੀ ਦਾ ਲੈਵਲ ਵੱਧ ਰਿਹਾ ਅਤੇ ਪਾਣੀ ਆਉਣਾ ਹੀ ਆਉਣਾ, ਅਤੇ ਸਰਕਾਰ ਮੈਨੂੰ ਨਹੀਂ ਸਮਝ ਆ ਰਿਹਾ ਕਿ ਕਿਉਂ ਹਰੀਕੇ ਦੇ ਡੈਮ ਕਿਉਂ ਨਹੀਂ ਖੋਲ੍ਹਦੀ। ਇੱਕ ਬਹੁਤ ਵਧੀਆ ਜਵਾਬ ਵੀ ਦਿੰਦੇ ਆ, ਸਾਡੇ ਕੋਲ ਪਾਣੀ ਪਹੁੰਚਾ ਨਹੀਂ ਵੀਰੋ, ਸਿਰਫ